ਉਠ ਜਾਗ ਸਵੇਰੇ ਜੀ, ਮਨਾ ਤੇਰੇ ਨਾਮ ਜਪਣ ਦਾ ਵੇਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਆਗਮਨ ਪੁਰਬ 19 ਅਕਤੂਬਰ 2024 ਨੂੰ ਆ ਰਹੇ ਹੈ। ਸਤਿਗੁਰਾਂ ਦੀਆਂ ਮਿਹਰਾਂ ਨਾਲ ਮਹਾਰਾਜ ਜੀ ਦੇ ਪੁਰਬ ਮਨਾਉਂਦੇ ਹੋਏ ਮਹਾਂਪੁਰਖਾਂ ਨੇ ਪ੍ਰੇਰਨਾ ਬਖਸ਼ੀ ਹੈ ਕਿ 5 ਦਿਨ ਦੇ ਅੰਮ੍ਰਿਤ ਵੇਲੇ 9 ਅਕਤੂਬਰ ਤੋਂ ਲੈ ਕੇ 13 ਅਕਤੂਬਰ ਤੱਕ, ਬੁੱਧਵਾਰ ਤੋਂ ਲੈ ਕੇ ਐਤਵਾਰ ਤੱਕ ਰੋਜ਼ਾਨਾ ਅੰਮ੍ਰਿਤਸਰ ਸਾਹਿਬ ਦੇ ਅਲੱਗ ਅਲੱਗ ਘਰਾਂ ਵਿੱਚ ਰੱਖੇ ਜਾਣਗੇ। ਮਹਾਂਪੁਰਸ਼ਾਂ ਦੇ ਬਚਨ ਨੇ ਕਿ ਜਦੋਂ ਰੱਬ ਨਾਰਾਜ਼ ਹੁੰਦਾ ਤੇਰਾ ਰਿਜਕ ਨਹੀਂ ਖੋਂਦਾ, ਰੱਬ ਨਾਰਾਜ਼ ਹੁੰਦਾ ਇਹ ਨਹੀਂ ਵੀ ਤੈਨੂੰ ਹਵਾ ਨਾ ਮਿਲੇ, ਪਾਣੀ ਨਾ ਮਿਲੇ, ਸੂਰਜ ਦੀ ਧੁੱਪ ਨਾ ਮਿਲੇ। ਰੱਬ ਜਦੋਂ ਬੰਦੇ ਨਾਲ ਨਾਰਾਜ਼ ਹੁੰਦਾ ਉਹ ਬੰਦੇ ਕੋਲੋਂ ਅੰਮ੍ਰਿਤ ਵੇਲਾ ਖੋਹ ਲੈਂਦਾ ਹੈ। ਇਸ ਕਰਕੇ ਆਪਾਂ ਸਾਰਿਆਂ ਦਾ ਫਰਜ਼ ਹੈ, ਗੁਰੂ ਰਾਮਦਾਸ ਜੀ ਦੇ ਮਹਾਂਵਾਕ ਨੇ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਇਹ 5 ਦਿਨ ਦਾ ਅੰਮ੍ਰਿਤ ਵੇਲਾ ਗੁਰੂ ਰਾਮਦਾਸ ਜੀ ਦੇ ਪੁਰਬ ਨੂੰ ਸਮਰਪਿਤ ਇਸੇ ਕਰਕੇ ਰੱਖਿਆ ਗਿਆ ਹੈ ਕਿ ਆਪਾਂ ਇਹਨਾਂ ਅੰਮ੍ਰਿਤ ਵੇਲੇ ਦੇ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂਆਂ ਦੀਆਂ ਖੁਸ਼ੀਆਂ ਲੈ ਸਕੀਏ। ਮੈਂ ਸਾਰੀ ਸੰਗਤ ਨੂੰ ਬੇਨਤੀ ਕਰਾਂਗਾ ਕਿ ਪੋਸਟਰ ਨਾਲ ਨਾਲ ਚੱਲ ਰਿਹਾ ਵੈ, ਇਹਦੇ ਵਿੱਚ ਆਪ ਜੀ ਨੇ ਸਾਰੀ ਸੰਗਤਾਂ ਨੇ ਅਲੱਗ ਅਲੱਗ ਡਰੈੱਸਾਂ ਦੇ ਉੱਤੇ 5 ਦਿਨ ਪਹੁੰਚ ਕੇ 4 ਤੋਂ 6 ਸਾਨੂੰ ਗਰੀਬਾਂ ਨੂੰ ਅਸੀਸਾਂ ਦੇਣੀਆਂ ਅਤੇ ਗੁਰੂ ਰਾਮਦਾਸ ਜੀ ਕੋਲੋਂ ਖੁਸ਼ੀਆਂ ਲੈਣੀਆਂ। ਅਤੇ ਸਾਧ ਸੰਗਤ ਜੀ, ਜਿਨ੍ਹਾਂ ਕੋਲ ਕਨਵੈਂਸ ਨਹੀਂ ਹੈਗੀ, 3 ਵਜੇ ਬੀਬੀ ਕੋਲਾ ਜੀ ਭਲਾਈ ਕੇਂਦਰ ਤੋਂ ਬੱਸਾਂ ਚੱਲਣਗੀਆਂ, ਉਹ ਆਪ ਜੀ ਨੂੰ ਉਹਨਾਂ ਡਰੈੱਸਾਂ 'ਤੇ ਲੈ ਕੇ ਪਹੁੰਚਣਗੀਆਂ ਜਿੱਥੇ ਅੰਮ੍ਰਿਤ ਵੇਲੇ ਹੋਣਗੇ। ਸੋ ਮੇਰੀ ਬੇਨਤੀ ਹੈ, ਅੰਮ੍ਰਿਤਸਰ ਸ਼ਹਿਰ ਦੀਆਂ ਬਾਹਰਲੀਆਂ ਸੰਗਤਾਂ ਨੂੰ ਬੇਨਤੀ ਹੈ, ਉਹ ਇਹਨੂੰ ਭਾਈ ਹਰਵਿੰਦਰਪਾਲ ਸਿੰਘ ਜੀ, ਲਿਟਲ ਵੀਰ ਜੀ ਯੂਟਿਊਬ ਜਿਹੜਾ ਚੈਨਲ ਹੈ ਉਹਦੇ 'ਤੇ ਆਪ ਜੀ ਇਹ ਪ੍ਰੋਗਰਾਮ ਲਾਈਵ ਵੀ ਚੱਲਣਗੇ। ਆਪ ਜੀ ਅੰਮ੍ਰਿਤਸਰ ਸ਼ਹਿਰ ਤੋਂ ਬਾਹਰਲੀਆਂ ਸੰਗਤਾਂ ਲਾਈਵ ਵੀ ਦਰਸ਼ਨ ਕਰ ਸਕਦੇ ਹੋ। ਅਤੇ ਅੰਮ੍ਰਿਤਸਰ ਵਾਲਿਆਂ ਨੂੰ ਬੇਨਤੀ ਕਰਾਂਗਾ, ਆਪ ਜੀ ਨੇ ਪਹੁੰਚ ਕੇ ਗੁਰੂ ਰਾਮਦਾਸ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।